ਜਾ ਕੇ ਨਾ ਅਸੀਂ ਉਹਨਾਂ ਦੇ ਪੱਥਰ ਵਿਛਾ ਲਿਆ ਘਰੇ, ਤਾਂ ਤੁਸੀਂ ਯਕੀਨ ਮੰਨੋ ਟੀਮ ਸਾਰੀ ਤਿਆਰੀ ਕਰ ਰਹੀ ਸੀ, ਤਾਂ ਮੇਰੇ ਅੰਦਰ ਇੰਨਾ ਕੁਛ ਚੱਲ ਰਿਹਾ ਸੀ, ਮੈਂ ਕਿਹਾ ਯਾਰ ਇੱਕ ਵੱਸਦੇ ਘਰ ਦੇ ਅੰਦਰ ਅਸੀਂ ਆ ਕੇ ਕਹਿੰਦੇ ਹੁੰਦੇ ਸ਼ੂਟ ਵਾਸਤੇ ਹੈ ਨਾ 70 ਵਿਛਾਈ ਕਰਦੇ ਹਾਂ, ਅਤੇ ਲੱਖੀ ਬੱਲੂ ਮਾਸਟਰ ਕਿਰਤਾ ਸਾਰੇ ਹੈ ਨਾ ਉਹ ਰੋ ਰਹੇ ਸੀ ਹੈ ਨਾ, ਸਾਰੀ ਮੁਸਕਾਨ ਹਰਪ੍ਰੀਤ, ਤੁਸੀਂ ਯਕੀਨ ਮੰਨਿਓ ਸੀਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਿਆ ਸੀ ਜਾ ਕੇ, ਬੱਲੂ ਨੂੰ ਤਾਂ ਮਤਲਬ ਉਲਟੀਆਂ ਲੱਗ ਗਈਆਂ। ਇੰਡਸਟਰੀ ਨੇ ਸਾਥ ਵੀ ਬਹੁਤ ਦਿੱਤਾ ਸਾਡਾ, ਪਹਿਲੀ ਵਾਰ ਇਹ ਪ੍ਰੋਡਿਊਸਰ ਨੇ, ਪਰ ਇਹਦੇ ਬਾਵਜੂਦ ਬਹੁਤ ਪ੍ਰੋਫੈਸ਼ਨਲ ਨੇ, ਤਾਂ ਇਹ ਉਹ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਕਦੇ ਡਾਇਰੈਕਟਰ ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਕੀਤੀ, ਕਿਸੇ ਪਾਰਟ 'ਚ ਦਖਲਅੰਦਾਜ਼ੀ ਨਹੀਂ, ਕੋਈ ਸਟਾਰ ਕਾਸਟ ਨਾਲ ਨਹੀਂ ਸੀ ਇਹਨਾਂ ਨੂੰ, ਤਾਂ ਸਵੇਰ ਤੋਂ ਹੀ ਨਾ ਸਾਨੂੰ ਸਾਰਿਆਂ ਨੂੰ ਹੀ ਇੱਕ ਹੌਲ ਜੇ ਪੈਣ ਲੱਗ ਗਏ ਸੀ ਵੀ ਅਸੀਂ ਇਹ ਸੀਨ ਸ਼ੂਟ ਕਰਨਾ ਹੈ ਨਾ। ਤਾਂ ਬੇਸਿਕਲੀ ਇਹੀ ਨਹੀਂ, ਜਦੋਂ ਬੱਬੂ ਦੀ ਡੈਥ ਵਾਲਾ ਸੀਨ ਸੀ ਨਾ, ਤਾਂ ਉਹ ਵੀ ਅਸੀਂ ਮੇਰੇ ਪਿੰਡ ਦੇ ਬੰਦੇ ਸੀ, ਮੈਂ ਕਹਿੰਦਾ ਸੀਨ ਸ਼ੂਟ ਕਰਨਾ, ਉਹ ਕਹਿੰਦੇ ਕਰ ਲਓ ਬਾਈ, ਕਿਉਂਕਿ ਸਾਰਾ ਪਿੰਡ ਹੀ ਆਪਦਾ ਸੀ। ਤਾਂ ਜਦੋਂ ਜਾ ਕੇ ਨਾ ਅਸੀਂ ਉਹਨਾਂ ਦੇ ਪੱਥਰ ਵਿਛਾ ਲਿਆ ਘਰੇ, ਤਾਂ ਤੁਸੀਂ ਯਕੀਨ ਮੰਨੋ ਟੀਮ ਸਾਰੀ ਤਿਆਰੀ ਕਰ ਰਹੀ ਸੀ, ਤਾਂ ਮੇਰੇ ਅੰਦਰ ਇੰਨਾ ਕੁਛ ਚੱਲ ਰਿਹਾ ਸੀ, ਮੈਂ ਕਿਹਾ ਯਾਰ ਇੱਕ ਵੱਸਦੇ ਘਰ ਦੇ ਅੰਦਰ ਅਸੀਂ ਆ ਕੇ ਕਹਿੰਦੇ ਸ਼ੂਟ ਵਾਸਤੇ ਹੈ ਨਾ 70 ਵਿਛਾਈ ਕਰਦੇ ਹਾਂ, ਤਾਂ ਕੀ ਇਹ ਪੋਸੀਬਲ ਆ ਵੀ ਯਾਰ ਅੱਜ ਮਨਾ ਕਰਨ ਹੁਣ ਮਨਾ ਕਰਨ, ਪਰ ਸੱਚੀ ਲੋਕਾਂ ਨੇ ਸਾਥ ਦਿੱਤਾ ਹੈ ਨਾ, ਲੋਕਾਂ ਨੇ ਸਾਥ ਦਿੱਤਾ। ਔਰ ਸੇਮ ਉਹੀ ਜਦੋਂ ਸੀਨ ਉਹ ਕਲਾਈਮੈਕਸ ਵਾਲਾ ਸੀ, ਤਾਂ ਮੈਨੂੰ ਲੱਗਦਾ ਸਾਰੇ ਹੀ ਅਸੀਂ ਅਪਸੈਟ ਹੋ ਗਏ, ਵੀ ਯਕੀਨ ਮੰਨਿਓ ਕਿਉਂਕਿ ਇਮੋਸ਼ਨਸ ਜਦੋਂ ਕਲਾ ਤੁਸੀਂ ਦਿਲ ਨਾਲ ਕਰਦੇ ਹੋ ਨਾ, ਇਮਾਨਦਾਰੀ ਨਾਲ ਕਰਦੇ ਹਾਂ, ਤਾਂ ਉਹ ਲੋਕਾਂ ਦੇ ਦਿਲਾਂ ਤੱਕ ਸੱਚੀ ਪਹੁੰਚਦੀ ਹੈ, ਅਸੀਂ ਉੱਥੇ ਬਹੁਤ ਸਟਰੋਂਗ ਬਿਲੀਵ ਕਰਦੇ ਹਾਂ। ਤਾਂ ਜਦੋਂ ਸਾਰੇ ਲੱਖੀ ਬੱਲੂ ਮਾਸਟਰ ਕਿਰਤਾ ਸਾਰੇ ਹੈ ਨਾ ਉਹ ਰੋ ਰਹੇ ਸੀ ਹੈ ਨਾ, ਸਾਰੀ ਮੁਸਕਾਨ ਮਨਪ੍ਰੀਤ, ਤੁਸੀਂ ਯਕੀਨ ਮੰਨਿਓ ਸੀਨ ਤੋਂ ਬਾਅਦ ਅਸੀਂ ਉਹਨਾਂ ਨੂੰ ਕਿਵੇਂ ਸੰਭਾਲਿਆ ਸੀ ਜਾਣਦੇ, ਬੱਲੂ ਨੂੰ ਤਾਂ ਮਤਲਬ ਉਲਟੀਆਂ ਲੱਗ ਗਈਆਂ ਸੀ ਹੈ ਨਾ, ਤਾਂ ਕਿਉਂਕਿ ਉਹ ਮਾਹੌਲ ਉੱਦਾਂ ਦਾ ਰਚਿਆ ਹੋਇਆ ਸੀ ਉੱਥੇ। ਤਾਂ ਸੱਚੀ ਜਿੰਨੇ ਲੋਕਾਂ ਨੇ ਵੇਖੀ ਆ, ਤੁਸੀਂ ਦੇਖੀ ਮੀਡੀਆ ਨੇ, 125 ਐਕਟਰ, 58 ਲੋਕੇਸ਼ਨਾਂ, 2000 ਦਾ ਜੂਨੀਅਰ ਆਰਟਿਸਟਾਂ ਦਾ ਇਕੱਠ ਹੈ ਨਾ, ਬੱਸਾਂ ਭੰਨ ਤੋੜ ਸਾੜ ਭਰੇ ਹੋਏ ਇੰਨੇ ਨੇ ਫਰੇਮ ਹੈ ਨਾ, ਔਰ 2 ਘੰਟੇ 48 ਮਿੰਟ ਦੀ ਫਿਲਮ ਹੈ ਨਾ ਉਹ ਸ਼ੂਟ ਕਰਕੇ ਪਰਦੇ 'ਤੇ ਲਿਆਉਣੀ ਹੈ ਨਾ, ਉਹ ਸੱਚੀ ਜਦੋਂ ਪਿੱਛੇ ਵੇਖਦਾ ਨਾ, ਹੁਣ ਮੈਨੂੰ ਡਰ ਲੱਗਦਾ ਹੈ ਨਾ, ਸੱਚੀ ਡਰ ਲੱਗਦਾ ਵੀ ਯਾਰ ਕਿੱਡਾ ਵੱਡਾ ਮੰਗਾ ਲਿਆ ਸੀ ਹੈ ਨਾ। ਪਰ ਜਦ ਤੁਸੀਂ ਕਲਾ ਨਾਲ ਜੁੜੇ ਹੁੰਦੇ ਆ, ਤਾਂ ਤੁਸੀਂ ਇੱਕ ਵਹਿਣ 'ਚ ਬਹਿ ਵੀ ਹੁੰਦੇ ਆ ਨਾ, ਤਾਂ ਉਹ ਕਰ ਲਿਆ ਬਸ। ਨਹੀਂ ਨਹੀਂ ਦੇਖੋ ਜੀ, ਟੀਮ ਤਾਂ ਦੇਖੋ ਅੱਜ ਜਦੋਂ ਮੀਡੀਆ ਸਕਰੀਨਿੰਗ ਹੁੰਦੀ ਹੈ ਨਾ ਜਾਂ ਪ੍ਰੀਮੀਅਰ ਹੁੰਦਾ, ਅਤੇ ਜ਼ਿਆਦਾਤਰ ਕਾਸਟ ਭੰਗੜੇ ਪਾਉਂਦੇ ਆਉਂਦੀ ਆ, ਆਪਦੀਆਂ ਫੈਮਿਲੀਆਂ ਨੂੰ ਬੁਲਾਉਂਦੇ ਆ ਹੈ ਨਾ, ਦੋਸਤਾਂ ਨੂੰ ਬੁਲਾਉਂਦੇ ਆ, ਪਰ 10-10 ਸੀਟਾਂ 'ਤੇ ਬੈਠ ਜਾਂਦੇ ਸਾਰੇ ਜਾ ਕੇ ਕੁੜੀਆਂ ਚਿਹਰਿਆਂ 'ਤੇ। ਤਾਂ ਤੁਸੀਂ ਦੇਖਿਆ ਹੁਣ ਕਿਸੇ ਨੂੰ ਇਹ ਨਹੀਂ ਸੀ ਮੈਂ ਉੱਪਰ ਬੈਠਾ, ਅਸੀਂ ਫੜ ਫੜ ਕੇ ਬਿਠਾਇਆ, ਆਂਟੀ ਨਾਲ ਸੀ, ਅਸੀਂ ਇਹਨਾਂ ਨੂੰ ਬਿਠਾ ਦੇ ਕਿ ਤੁਸੀਂ ਤਾਂ ਬੈਠ ਜਾਓ ਹੈ ਨਾ, ਤਾਂ ਜਾਂ ਸਾਡੇ ਕੁਛ ਫੈਮਿਲੀ ਫਰੈਂਡ ਸੀ, ਐਡਵੋਕੇਟਸ ਆਏ ਹੋਏ ਸੀ, ਉਹ ਬੈਠ ਗਏ। ਤਾਂ ਕਿਉਂਕਿ ਇਹਨਾਂ ਨੂੰ ਅੱਜ ਤੋਂ 2-3 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਹੈ ਨਾ, ਮੈਨੂੰ ਤਾਂ ਕਾਫੀ ਸਾਰੀ ਇੰਡਸਟਰੀ ਨੂੰ ਵੀ ਪਤਾ ਸੀ ਵੀ ਫਿਲਮ ਕੀ ਬਣੀ ਹੈ। ਤਾਂ ਹਮੇਸ਼ਾ ਮੈਂ ਕਹਿੰਦਾ ਹੁੰਦਾ ਸੀ, ਇਹ ਵੀ ਸਾਰੇ ਕਹਿੰਦੇ ਸੀ ਵੀ ਯਾਰ ਸਾਡਾ ਕੰਮ ਹੋਇਆ ਗਿਆ, ਐਜ਼ ਏ ਡਾਇਰੈਕਟਰ, ਐਜ਼ ਏ ਰਾਈਟਰ, ਐਜ਼ ਏ ਐਕਟਰ, ਇਹਨਾਂ ਨੂੰ ਵੀ ਫਿਲਮਾਂ ਔਫਰ ਹੋ ਰਹੀਆਂ ਨੇ, ਇਹਨਾਂ ਨੂੰ ਵੀ ਹੋ ਰਹੀਆਂ, ਮੈਨੂੰ ਵੀ ਅੱਜ ਤੋਂ 2 ਮਹੀਨੇ ਪਹਿਲਾਂ ਹੀ ਫਿਲਮਾਂ ਔਫਰ ਹੋ ਰਹੀਆਂ ਸੀ ਬਈ ਆਪਾਂ ਫਿਲਮ ਕਰਨੀ ਅੱਗੇ। ਪਰ ਸੱਚ ਹੀ ਜਾਣਿਓ, ਨਾ ਮੈਂ ਕੋਈ ਮੀਟਿੰਗ ਕੀਤੀ ਨਾ ਮੈਂ ਕਰ ਰਿਹਾ, ਕਿਉਂਕਿ ਮੇਰਾ ਸਾਰਾ ਧਿਆਨ ਫੋਕਸ ਇਹਦੇ 'ਤੇ ਆ ਵੀ ਜਿਹੜੇ ਸਾਡੇ ਪ੍ਰੋਡਿਊਸਰ ਦੇ ਪੈਸੇ ਲੱਗੇ ਨੇ ਉਹਨਾਂ ਦੀ ਕਿੰਨੀ ਰਿਕਵਰੀ ਹੋ ਸਕਦੀ, ਕਿਵੇਂ ਹੋ ਸਕਦੀ ਆ, ਉਦੋਂ ਦੇ ਵਾਸਤੇ ਸਾਰੇ ਤੱਤਪਰ ਆ ਹੈ ਨਾ, ਤਨਵੀਰ ਬੋਂਬੇ ਨਹੀਂ ਜਾ ਰਿਹਾ, ਸਾਰੇ ਇੱਥੇ ਖੜ੍ਹੇ ਨੇ, ਸਾਰੀ ਟੀਮ ਬਾਕੀ ਹੈ ਨਾ। ਤਾਂ ਅਸੀਂ ਹੱਲਾ ਬੋਲਾਂਗੇ ਹੈ ਨਾ, ਰਿਕੁਐਸਟ ਕਰਾਂਗੇ ਪਹਿਲਾਂ, ਤਾਂ ਫਿਰ ਐਜੀਟੇਸ਼ਨਾਂ ਲੜਦੇ ਆਏ ਹਾਂ, ਮਾਲਵੇ ਦੇ ਹਾਂ, ਲੜਾਂਗੇ ਹੈ ਨਾ।
ਇੰਡਸਟਰੀ ਨੇ ਸਾਥ ਵੀ ਬਹੁਤ ਦਿੱਤਾ ਸਾਡਾ, ਜਿਨ੍ਹਾਂ ਨੇ ਸਾਥ ਦਿੱਤਾ ਥੈਂਕ ਯੂ, ਤਾਂ ਦੂਜਿਆਂ ਦੇ ਦਰਵਾਜ਼ਿਆਂ ਤੱਕ ਜਾਵਾਂਗੇ, ਹੈ ਨਾ, ਤਾਂ ਦੇਖਦੇ ਹਾਂ ਕੀ ਹੁੰਦਾ ਆਉਂਦੇ ਦਿਨਾਂ 'ਚ, ਜਿਹੋ ਜਿਹੇ ਹਾਲਾਤ ਬਣਨਗੇ ਲੜਾਂਗੇ, ਪਰ ਕਿਉਂਕਿ ਦੀਪ ਵੀ ਅਸੀਂ ਹਾਂ, ਗੁਰਦੀਪ ਵੀ ਅਸੀਂ ਹਾਂ, ਹੈ ਨਾ, ਤਾਂ ਮੈਨੂੰ ਲੱਗਦਾ ਅਸੀਂ ਮਰ ਸਕਦੇ, ਹਾਰ ਨਹੀਂ ਸਕਦੇ। ਥੈਂਕ ਯੂ, ਤੁਹਾਡੀ ਸਾਰਿਆਂ ਦੀ ਲੋੜ ਆ ਸਾਥ, ਘੱਟੋ ਘੱਟ ਸਾਡੀ ਇੱਕੋ ਹੀ ਲੜਾਈ ਆ ਕਿ ਸਾਨੂੰ ਪੰਜ ਚਾਰ ਦਿਨ ਵਾਸਤੇ ਜਿਹੜੀ ਇਹ ਵੱਡੀ ਟਰਾਈ ਸਿਟੀ ਬੋਲਦੇ ਤੁਸੀਂ ਇਹਨੂੰ, ਟਰਾਈ ਸਿਟੀ ਐਡੀ ਰੁੱਖੀ ਨਾ ਹੋਵੇ, ਹੈ ਨਾ, ਐਡੀ ਜਿਵੇਂ ਕਹਿ ਲਈ ਪੱਥਰ ਦਿਲ ਨਾਮਣੇ ਆਪਦੇ ਜਵਾਕਾਂ ਬੱਚਿਆਂ ਦੀ ਫਿਲਮ ਨੂੰ ਇੱਕ ਇੱਕ ਸੀਨ ਜਿਹੜਾ ਸ਼ੋਅ ਆ ਉਹ ਘੱਟੋ ਘੱਟ ਪ੍ਰਾਈਮ ਸ਼ੋਅ ਇੱਕ ਇੱਕ ਜ਼ਰੂਰ ਦੇ ਦਿਓ, ਹੈ ਨਾ, ਜਦੋਂ ਅੱਗੇ ਕੋਈ ਹੋਰ ਫਿਲਮਾਂ ਆਉਣਗੀਆਂ ਅਗਰ ਇਸ ਫਿਲਮ ਦਰਸ਼ਕ ਨਹੀਂ ਹੋਣਗੇ ਤਾਂ ਉਤਾਰ ਦੇ ਨਾ, ਘੱਟੋ ਘੱਟ ਦਰਸ਼ਕ ਜਿਹੜਾ ਕੰਮ ਧੰਦੇ ਵਾਲਾ ਬੰਦਾ ਯਾਰ ਉਹ ਸਵੇਰੇ 9 ਵਜੇ ਜਾਂ ਰਾਤ ਨੂੰ 11 ਵਜੇ ਨਹੀਂ ਫਿਲਮ ਦੇਖ ਸਕਦਾ, ਇਹ ਬਹੁਤ ਧੱਕਾ, ਹੈ ਨਾ। ਥੈਂਕ ਯੂ ਸਾਰਿਆਂ ਦਾ, ਬਸ ਆਹੀ ਰਿਕੁਐਸਟ ਆ ਸਾਡੀ। ਥੈਂਕ ਯੂ, ਥੈਂਕ ਯੂ। ਇਹ ਸਾਡੇ ਪ੍ਰੋਡਿਊਸਰ ਨੇ ਜੀ ਆਸ਼ੂ ਨੇ, ਕਿਉਂਕਿ ਜ਼ਿਆਦਾਤਰ ਪ੍ਰੋਡਿਊਸਰ ਪਿੱਛੇ ਹੀ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਉਹਨਾਂ ਨੂੰ ਉਹਦੇ ਵੀ ਐਕਟਰ ਗੱਲ ਕਰਨ, ਡਾਇਰੈਕਟਰ ਗੱਲ ਕਰ ਰਿਹਾ, ਅਤੇ ਮੈਨੂੰ ਲੱਗਦਾ ਵੀ ਬਹੁਤ ਦਲੇਰੀ ਵਾਲਾ ਕੰਮ। ਸਾਰੇ ਪ੍ਰੋਡਿਊਸਰ ਆ ਜਾਓ ਪਲੀਜ਼। ਹਾਂ, ਇਹਨਾਂ ਨੇ ਆਪਣੀ ਸਾਰੀ ਹੱਥ ਸੱਚ ਦੀ ਸਾਰੀ ਕਮਾਈ ਆ ਜਿਹੜੀ ਇਸ ਫਿਲਮ 'ਤੇ ਲਾਈ ਹੋਈ ਆ, ਅਤੇ ਸਭ ਤੋਂ ਵੱਡੀ ਗੱਲ ਪਹਿਲੀ ਵਾਰ ਇਹ ਪ੍ਰੋਡਿਊਸਰ ਨੇ, ਪਰ ਇਹਦੇ ਬਾਵਜੂਦ ਬਹੁਤ ਪ੍ਰੋਫੈਸ਼ਨਲ ਨੇ, ਤਾਂ ਇਹ ਉਹ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਕਦੇ ਡਾਇਰੈਕਟਰ ਦੇ ਕੰਮ 'ਚ ਦਖਲਅੰਦਾਜ਼ੀ ਨਹੀਂ ਕੀਤੀ, ਕਿਸੇ ਪਾਰਟ 'ਚ ਦਖਲਅੰਦਾਜ਼ੀ ਨਹੀਂ, ਕੋਈ ਸਟਾਰ ਕਾਸਟ ਨਾਲ ਨਹੀਂ ਸੀ ਇਹਨਾਂ ਨੂੰ। ਇਹ ਕਹਿੰਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਤਾਂ ਹੀ ਉਹ ਸਾਰੇ ਕਿਰਦਾਰਾਂ ਮੁਤਾਬਕ ਐਕਟਰ ਚੁਣੇ ਗਏ, ਅਤੇ ਨਹੀਂ ਤਾਂ ਪ੍ਰੋਡਿਊਸਰਾਂ ਦੀਆਂ ਆਪਦੀਆਂ ਨੀਅਤਾਂ ਕੁਛ ਹੋਰ ਹੁੰਦੀਆਂ ਨੇ, ਇਰਾਦੇ ਕੁਛ ਹੋਰ ਹੁੰਦੇ ਨੇ, ਤਾਂ ਕਾਸਟ ਜਿਹੜੀ ਉਹ ਪਰਫੈਕਟ ਹੁੰਦੀ ਨਹੀਂ ਕਰੇ।